जिहड़ा जी वो बोतल वाले बंब बनाउंदी एक वीडियो बड़ी घूम रही है जिहड़ी पुलिस दे हत्थ लगी आ टिकटॉक तो उहदे ते पहलां थोड़ा जिहा चानना पाओ। देखो जोल साहब वो जो गल सी कि एक वट्सएप ग्रुप बनिया होया सीगा तो उस वट्सएप ग्रुप दे विच कुछ नौजवान इस तरीके दीआं गल्लां बातां कर रहे सीगे तो उहदे विच एक नौजवान है जिसका नाम अरमान गहलोत है तो वो उत्थे अपना वॉइस मैसेज छड रहा उहदे विच दस रहा कि किस ढंग दे नाल जो पुलिस है जां जो खालिस्तानी ने इन्हां दे उपर असीं पेट्रोल बंब बना के हमला कर सकते हैं तो इस तरीके दीआं गल्लां उह अपणीआं दलीलां उहदे विच दे रहा सीगा। ਉਹ ਫਿਰ ਜਦੋਂ ਵਟਸਐਪ ਚੈਟ ਜਦੋਂ ਉਹ ਗਰੁੱਪ ਤੋਂ ਬਾਹਰ ਆਈ ਲੀਕ ਹੋਈ ਉਹ ਫਿਰ ਪੁਲਿਸ ਤੱਕ ਵੀ ਉਹ ਚੈਟ ਪਹੁੰਚਾਈ ਗਈ ਵੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਇੱਥੇ ਚੱਲ ਰਹੀਆਂ ਸਨ ਤੇ ਪੁਲਿਸ ਤੇ ਜਾਂ ਆਮ ਲੋਕਾਂ ਦੇ ਉੱਪਰ ਪੈਟਰੋਲ ਬੰਬ ਦੇ ਨਾਲ ਹਮਲੇ ਕਰਨ ਦੀ ਵੀ ਗੱਲਾਂ ਬਾਤਾਂ ਪਲਾਨਿੰਗ ਚੱਲ ਰਹੀਆਂ ਸਨ ਕਿਉਂਕਿ ਦੇਖੋ ਪੁਲਿਸ ਬਹੁਤ ਇਸ ਚੀਜ਼ਾਂ ਨੂੰ ਲੈ ਕੇ ਗੰਭੀਰ ਹੈ ਉਹ ਵੀ ਬੜੇ ਭਰੇ ਬੀਤੇ ਨੇ ਵੀ ਇਹੋ ਜਿਹੇ ਕੰਮ ਸਾਡੇ ਸ਼ਹਿਰ ਦੇ ਵਿੱਚ ਹੋਣ ਲੱਗ ਗਏ ਆ ਤੇ ਤੁਸੀਂ ਦੇਖਿਆ ਹੀ ਹੈ ਵੀ ਕਿਸ ਢੰਗ ਦੇ ਨਾਲ ਇੱਥੇ ਹਿੰਸਾ ਹੋਈ ਆ ਕਿਸ ਢੰਗ ਨਾਲ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਸੋ ਲੋਕ ਵੀ ਬੜੇ ਭਰੇ ਪੀਤੇ ਨੇ ਵੀ ਇਹ ਚੀਜ਼ਾਂ ਸਾਡੇ ਮੁਲਕ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਕਿਵੇਂ ਹੋਣ ਲੱਗ ਗਈਆਂ ਸੋ ਇਹਨਾਂ ਨੂੰ ਲੈ ਕੇ ਹੁਣ ਉਹਨਾਂ ਨੇ ਇਹਨਾਂ ਇੱਕ ਤਾਂ ਇਸ ਨੌਜਵਾਨ ਦੇ ਖਿਲਾਫ਼ ਜਿਹੜਾ ਅਰਮਾਨ ਗਹਿਲੋਤ ਹੈ ਤੇ ਉਹ ਦੂਜਾ ਜਿਹੜਾ ਇਸ ਵਟਸਐਪ ਗਰੁੱਪ ਦਾ ਐਡਮਿਨ ਸੀਗਾ ਅਰਪਿਤ ਇਹ ਦੋਨਾਂ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਪੁਲਿਸ ਵੱਲੋਂ ਇਸ਼ੂ ਕੀਤੇ ਗਏ ਆ ਤੇ ਇੱਕ ਹੋਰ ਸ਼ਖਸ ਜਿਹੜਾ ਰਿੰਦਰ ਲਾਲ ਬੈਨਰਜੀ ਜਿਹਨੂੰ ਰੌਣ ਬੈਨਰਜੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੋ ਇਹ ਜੋਲ ਸਾਹਿਬ ਇਸ ਦੀ ਗ੍ਰਿਫ਼ਤਾਰੀ ਹੋਈ ਹੈ ਇਹ ਵਿਅਕਤੀ ਪਹਿਲਾਂ ਵੀ ਬਹੁਤ ਵਾਰ ਗ੍ਰਿਫ਼ਤਾਰ ਹੋ ਚੁੱਕਾ ਆ ਤੇ ਇਹਨੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਹ ਅੱਗੇ ਵੀ ਕਰਦਾ ਰਿਹਾ ਆ ਤੇ ਹੁਣ ਦੁਬਾਰਾ ਇਸ ਦੀ ਗ੍ਰਿਫ਼ਤਾਰੀ ਹੋਈ ਆ ਤਾਂ ਜੋ ਮੈਂ ਦੋ ਨੌਜਵਾਨ ਦੱਸੇ ਨੇ ਇਹਨਾਂ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਨੇ ਤੇ ਜੋ ਪਤਾ ਲੱਗ ਰਿਹਾ ਜੋ ਖਬਰਾਂ ਨੇ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਬਹੁਤ ਜਣਿਆਂ ਦੇ ਖਿਲਾਫ਼ ਇਸ ਤਰੀਕੇ ਦੇ ਚਾਰਜਸ ਲੱਗਣੇ ਨੇ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਹੋ ਰਹੀ ਹੈ ਤੇ ਅਗਰ ਇਹਨਾਂ ਦਾ ਸਟੇਟਸ ਕੈਨੇਡਾ ਦੇ ਵਿੱਚ ਚਾਹੇ ਸਟੱਡੀ ਪਰਮਿਟ ਹੈ ਚਾਹੇ ਵਰਕ ਪਰਮਿਟ ਹੈ ਚਾਹੇ ਈਵਨ PR ਵੀ ਹੈ ਸੋ ਇਹਨਾਂ ਨੂੰ ਭਵਿੱਖ ਦੇ ਵਿੱਚ ਇੱਥੋਂ ਰਿਪੋਰਟ ਕੀਤਾ ਜਾ ਸਕਦਾ ਆ ਸੋ ਸਰਕਾਰ ਵੀ ਇਹਨਾਂ ਨੂੰ ਲੈ ਕੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ ਸਖ਼ਤ ਹੈ ਸੋ ਆਉਣ ਵਾਲੇ ਸਮੇਂ ਦੌਰਾਨ ਇਹਨਾਂ ਦੇ ਖਿਲਾਫ਼ ਜੋ ਸਭ ਕਾਫ਼ੀ ਸਖ਼ਤ ਕਾਰਵਾਈਆਂ ਹੋ ਸਕਦੀਆਂ ਨੇ ਸੋ ਇਹਦੇ ਨਾਲ ਇੱਕ ਜੀ ਹਾਂਜੀ ਕੋ ਹੈਡ ਕੋ ਹੈਡ ਇਹਦੇ ਨਾਲ ਇੱਕ ਖਬਰ ਜੋ ਇੱਥੇ ਹਿੰਦੂ ਸਭਾ ਮੰਦਰ ਨਾਲ ਵੀ ਸੰਬੰਧਿਤ ਸ਼ਾਇਦ ਤੁਸੀਂ ਉਸ ਤੇ ਜ਼ਿਕਰ ਕੀਤਾ ਵੀ ਹੋਊਗਾ ਕਿ ਜੋ ਪਹਿਲਾਂ ਉਹਨਾਂ ਵੱਲੋਂ ਇੱਕ ਪ੍ਰੈਸ ਨੋਟ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਸੀ ਆਪਣੇ ਲੈਟਰ ਹੈਡ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਮੰਦਰ ਦੇ ਨਾਲ ਸੰਬੰਧਿਤ ਜੋ ਇੱਕ ਪੁਜਾਰੀ ਹੈ ਰਜਿੰਦਰ ਪ੍ਰਸ਼ਾਦ ਕਿਉਂਕਿ ਉਹਨਾਂ ਦੀ ਵੀਡੀਓ ਵੀ ਇੱਕ ਸਾਹਮਣੇ ਆਈ ਸੀ ਕਿ ਲੋਕਾਂ ਨੂੰ ਉਹ ਉਕਸਾ ਰਹੇ ਸੀ ਤੇ ਉਸ ਵੀਡੀਓ ਨੂੰ ਲੈ ਕੇ ਵੀ ਕਾਫੀ ਆਲੋਚਨਾ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਪੁਜਾਰੀ ਨੂੰ ਸਸਪੈਂਡ ਕਰ ਦਿੱਤਾ ਸੀਗਾ ਤੇ ਹੁਣ ਜੋ ਉਹਨਾਂ ਦਾ ਨਵਾਂ ਪ੍ਰੈਸ ਨੋਟ ਜੋ ਉਹਨਾਂ ਦੇ ਲੈਟਰ ਹੈਡ ਦੇ ਉੱਪਰ ਹੈ ਮੰਦਰ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਅਸੀਂ ਰਿਵਿਊ ਕੀਤਾ ਆ ਤੇ ਰਿਵਿਊ ਕਰਨ ਤੋਂ ਬਾਅਦ ਰਜਿੰਦਰ ਪ੍ਰਸ਼ਾਦ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਹੁਣ ਇਹਦੇ ਤੇ ਵੀ ਜੋ ਸਾਹਿਬ ਕਾਫੀ ਸਵਾਲ ਉੱਠ ਰਹੇ ਨੇ ਤੇ ਅਗਰ ਉਹਨਾਂ ਦੀ ਵੀਡੀਓ ਇਸ ਤਰੀਕੇ ਦੀ ਆਈ ਹੈ ਤੁਸੀਂ ਪਹਿਲਾਂ ਫੈਸਲਾ ਲਿਆ ਕਿ ਇਹ ਜੋ ਵੀ ਕਾਰਵਾਈਆਂ ਹੋਈਆਂ ਸੀ ਵੀ ਮੰਦਰ ਕਮੇਟੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਸੀਗਾ ਉਹਨਾਂ ਨੇ ਕੋਈ ਆਥੋਰਾਈਜ਼ ਨਹੀਂ ਕੀਤਾ ਸੀਗਾ ਤੇ ਤੁਸੀਂ ਪਹਿਲਾਂ ਉਸਨੂੰ ਸਸਪੈਂਡ ਵੀ ਕੀਤਾ ਤੇ ਹੁਣ ਕਿਸ ਆਧਾਰ ਦੇ ਉੱਪਰ ਉਸ ਬੰਦੇ ਨੂੰ ਦੁਬਾਰਾ ਤੁਸੀਂ ਬਹਾਲ ਕੀਤਾ ਆ ਜਾਂ ਤਾਂ ਫਿਰ ਤੁਸੀਂ ਪਹਿਲਾਂ ਗਲਤ ਸੀਗੇ ਜਾਂ ਤੁਸੀਂ ਅੱਜ ਗਲਤ ਹੋ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਉੱਪਰ ਵੀ ਸਵਾਲ ਜਿਹੜੇ ਨੇ ਉੱਠ ਰਹੇ ਨੇ। ਬਿਲਕੁਲ ਕਲਤਾਨ ਭਾਜੀ ਜਿੱਦਾਂ ਤੁਸੀਂ ਕਿਹਾ ਬਿਲਕੁਲ ਮੈਂ ਪਹਿਲਾਂ ਵੀ ਇਹੀ ਬੋਲਿਆ ਕਿ ਜਾਂ ਤੇ ਸਸਪੈਂਡ ਕਰ ਦੇਣਾ ਤੇ ਜਾਂ ਇੱਡੀ ਛੇਤੀ ਬਹਾਲ ਨਾ ਕਰ ਦੇ ਕਿਉਂਕਿ ਜਿਹੜਾ ਜਿਹੜੀ ਉਹਨਾਂ ਦੀਆਂ ਗੱਲਾਂ ਬਾਤਾਂ ਆ ਪੂਰੀ ਦੁਨੀਆ ਦੇ ਵਿੱਚ ਘੁੰਮੀਆਂ। ਕਲਤਾਨ ਭਾਜੀ ਕੋਈ ਐਡਿਟ ਨਹੀਂ ਸੀ ਉਹਦੇ ਵਿੱਚ ਕਿਉਂਕਿ ਉਦਣ ਹੀ ਵੀਡੀਓ ਉਹ ਬਣੀ ਤਾਂ ਉਦਣ ਹੀ ਜਿਹੜੀ ਆ ਉਹ ਬਾਹਰ ਆ ਜਾਂਦੀ ਆ। ਤਾਂ ਦੂਜੇ ਕਲਤਾਨ ਭਾਜੀ ਕੋਈ ਹੋਰ ਵੀ ਜਿਹੜੇ ਮੁੰਡੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਅੱਜ ਇੱਕ ਭੈਣ ਦੇ ਨਾਲ ਸਵੇਰੇ ਗੱਲਬਾਤ ਹੁੰਦੀ ਆ ਜਿਹੜੀ ਉੱਥੋਂ ਗਰੋਸਰੀ ਕਰਨ ਗਈ ਹੋਈ ਸੀਗੀ ਉਹ ਕਹਿੰਦੀ ਵੀਰਾ ਜੀ ਜਦੋਂ ਮੈਂ ਉੱਥੋਂ ਬਾਹਰ ਨਿਕਲੀ ਆ ਤੇ ਲਾਈਟਾਂ ਤੇ ਕੁਝ ਮੁੰਡੇ ਖੜੇ ਸੀਗੇ ਪਹਿਲਾਂ ਤਾਂ ਉਹਨੇ ਸਾਡੀ ਗੱਡੀਆਂ ਤੇ ਮੁੱਕੇ ਮੱਕੇ ਮਾਰੇ ਤੇ ਮੁੱਕੇ ਕਿਉਂ ਮਾਰੇ ਕਹਿੰਦੀ ਕਿ ਮੇਰੀ ਗੱਡੀ ਦੇ ਮੋਰੇ ਖੰਡਾ ਲਟਕਦਾ ਸੀ ਤਾਂ ਮੇਰੀ ਛੋਟੀ ਬੇਬੀ ਜਿਹੜੀ ਆ ਉਹ ਗੱਡੀ ਦੇ ਵਿੱਚ ਸੀ ਕਹਿੰਦੀ ਮੈਂ ਉਹਨਾਂ ਨੂੰ ਸ਼ੀਸ਼ਾ ਖੋਲਿਆ ਕਿ ਮੈਂ ਕਿਹਾ ਵੀਰੇ ਵੀ ਮੈਂ ਮੇਰੀ ਬੱਚੀ ਆ ਛੋਟੀ ਵੀ ਤੁਸੀਂ ਕੀ ਕਰਦੇ ਆ ਕਹਿੰਦੀ ਉਹ ਹਟੇ ਨਹੀਂ ਉੱਚੀ ਉੱਚੀ ਰੌਲਾ ਰੂਲਾ ਪਾਇਆ ਤੇ ਮੇਰੀ ਬੱਚੀ ਰੋਣ ਲੱਗ ਪਈ ਤੇ ਜਦੋਂ ਲਾਈਟਾਂ ਚੇਂਜ ਹੁੰਦੀਆਂ ਮੈਂ ਤੁਰਨ ਲੱਗਦੀ ਤੇ ਕਹਿੰਦੀ ਉਹ ਮੇਰੀ ਗੱਡੀ ਦੇ ਮੋਰੇ ਆ ਜਾਂਦੇ ਆ
मोहरे आने तो बाद फिर उन्होंने वीडियो बनी आ, वीडियो बनने तो बाद वो बच्ची बेचारी का बिच पेशाब पेशूब निकल जाता गड्डी दे। हुण कुलतान भाजी गल इत्थे आ के मुकदी आ कि वह भी पुलिस के कोल पहुंच गए कि साडे नाल आ हुई है, तो जिहड़े वो 5-7 सरफिरे सी उन्होंने वीडियो भी जिहड़ियां ते ऑडियो ते नाल दी नाल उन्होंने दी फोटो भी पुलिस को पहुंच गई जी। देखो जो साहब मैं उही गल कहना ना, ये लोग कैनेडा च आए ने एक अपना भविख बना वास्ते, मैं इन्हों का संबंधित होर जी वड्डी खबर है अज भी वह भी दसांगा तुहानू। ये सारे लोग कैनेडा दे विच आए ने अपना चंगा भविख बनाउण वास्ते, जेकर बैक होम भारत दे विच सारिआं कोल वधिया ऑपरचुनिटीज हुंदीआं सब कुछ वधिया हुंदा तां तुसीं दसो कि किहदा मन करदा अपना पिंड अपना देश छड्ड के आउण नूं। जेकर असीं सारे जाणे इत्थे आए हाँ, इस कंट्री ने सानू असी कहने कर्म भूमि है, जो साहब मैं कर्म भूमि नहीं मानता, यह साडी मातृ भूमि है। मातृ भूमि इस तरीके दे नाल आ कि एक जो मां हुंदी है वो बच्चियां नू बराबर रखती है, तो उन्होंने असी कहने ना भी मां आ सब का ख्याल रखती है। हुण तुसी दसो भी इस कंट्री ने किथे साडे नाल धक्का किया कि सानू अपने बच्चियां वांग नहीं रखिया, हर तरीके दे सानू बराबर मौके दिते ने, बराबर साडे कोल ऑपरचुनिटी, कोई भेदभाव नहीं है, साडे बंदे बने ने पार्टियां दे मुखी तक बने ने, वड्डे वड्डे बिजनेस ते खड़े कीते ने, कोई बंदा कह दे भी कानून ने किसी दे नाल धक्का कीता होवे फिर किवें इह साडी मातृ भूमि नहीं है जे सानू मां वांग इह रख रही है। सो अगर असीं इस मुल्क च आए हां, इस मुल्क दे कानून दी इज्जत नहीं करदे, झंडे चक के असीं देखो बच्ची दा की कसूर है, उसदी मां दा की कसूर है, आम शहरियां दा की कसूर है, गुंडागर्दी कर रहे हो। मैं तो थोड़ा पहले दिन भी गल कही थी कि इन्होंने नाल कोई भी माड़ा भी लिहाज नहीं करना चाहिए, जिन्नी भी सख्त सजा इमीडिएटली अगर कुछ घंटे भी इन्होंने डिपोर्ट किया जा सकता तो इन्होंने इतों डिपोर्ट किया जाता। इन्हों बंद वास्ते इस मुल्क दे विच कोई जगह नहीं होनी चाहिए, जो कनेडियंस नू आके थ्रैट करते ने, इत्थे दे लोकां नू आके थ्रैट करते ने, इत्थे दे माहौल नू खराब करते ने, इस तरीके का बर्ताव इस मुल्क दे विच नहीं बर्दाश्त किया जा सकता। जो साहब अज की वड्डी खबर यह आ, 2 बजे तो अज 2 बजे तो इमीडिएटली इमीग्रेशन रिफ्यूजी एंड सिटीजनशिप कैनेडा वालों जो स्टूडेंट डायरेक्ट स्ट्रीम प्रोग्राम जिहड़ा 2018 दे विच शुरू किया गया सीगा उसनू खत्म कर दिता गया। सो इहदा प्रोग्राम का मतलब यह सीगा कि इन्होंने 14 मुल्क चुने सीगे जिहदे विच इंडिया भी सी, चीन भी सी, पाकिस्तान भी सीगा, इहदे विच फिलीपींस भी सीगा। इन्हां मुल्कां दे विचों पहल दे आधार ते इंटरनेशनल स्टूडेंट्स नूं कैनेडा दे विच वीजा मिलदा सी, स्टडी परमिट मिलदा सी, लैंदा जांदा सीगा। हुण जदों इह प्रोग्राम बंद कर दित्ता गया, हुण इहदा मतलब इह होगा कि इंडिया, पाकिस्तान, चीन इह सारे स्टूडेंट्स नूं बाकी दुनिया दे आम स्टूडेंट्स वांग ट्रीट कीता जाऊगा, इन्हां दीआं एप्लीकेशन्स आम स्टैंडर्ड प्रोसैस दे विच आउणगीआं। सो इहदे नाल इह फर्क पैणा कि जिथे पहलां 20-22 दिनां दे विच इन्हां नूं स्टडी परमिट मिल जाणा सीगा, ओह हुण कम्म बंद हो जाणा, कोई पहल दे आधार ते स्टूडेंट उत्थों नहीं आऊगा, आम स्टूडेंट वांग ही इह सारे आउणगे, ते इहदा स्टैंडर्ड रेट भी पहलां नालों वध होऊगा क्योंकि छेती वीजा क्योंकि हुण सरकार ने प्रोग्राम बंद करता, हुण पहलां वांग जिहड़ी जल्दबाजी दे विच जां एक्सपीडाइट दे तौर ते इन्हां नूं वीजे दित्ते जांदे सीगे ओह कम्म हुण बंद है। जो साहब एक जिहड़ी इन्नी वड्डी सहूलत 2018 जती सी, जिस तों बाद धड़ाधड़ लखां राज स्टूडेंट भारत तों आए, ओह हुण सरकार ने बंद करती, जे बंद करन दा कारण भी आ सारी घटना हुईआं ने क्योंकि इन्हां ने इस मुल्क च आके इस तरीके के काम करने शुरू कर दिते, सरकार नूं भी फैसला लेना पैता की लोड़ है फिर इन्हां मुल्कां दे विचों पहल दे आधार से विद्यार्थियों नूं सदन की, जे इत्थे आके लॉ एंड ऑर्डर तुसीं मेनटेन ही नहीं करना। सो इहदे नाल तुसीं दसो भी होर मुल्कां दे स्टूडेंट जिहड़े बेचारे सही ढंग नाल भी रहिंदे होणगे उहनां नूं भी खमियाजा भुगतना पिया, जिन्हां ने अगे आउणा आ ਉਹਨਾਂ ਨੂੰ ਵੀ ਖਮਿਆਜਾ ਭੁਗਤਣਾ ਪਵੇਗਾ। ਕੁਲਤਾਨ ਭਾਜੀ ਦੇਖੋ ਆਪਾਂ ਹਮੇਸ਼ਾ ਹੀ ਇੱਕ ਗੱਲ ਕਹਿੰਦੇ ਸੀ, ਪਹਿਲੀ ਗੱਲ ਤਾਂ ਮੈਨੂੰ ਤੁਹਾਡੀ ਉਹ ਬਹੁਤ ਵਧੀਆ ਲੱਗੀ ਕਿ ਇਹਨਾਂ ਸਿਰਫਿਰਿਆਂ ਦੇ ਲਈ ਕੈਨੇਡਾ ਦੇ ਵਿੱਚ ਕੋਈ ਜਗ੍ਹਾ ਨਹੀਂ ਗੀ, ਜਿੱਥੇ ਮਿਲਦੇ ਆ ਇਹਨਾਂ ਨੂੰ ਤਾਂ ਉੱਥੇ ਏਅਰਪੋਰਟ ਤੇ ਜਾਓ, ਜਿਹੜਾ ਵੀ ਪਲੇਨ ਪਹਿਲਾਂ ਉਹਦੇ ਵਿੱਚ ਬਿਠਾਓ, ਭੱਜ ਜਾਓ ਭਾਈ, ਤੁਹਾਡੇ ਲਈ ਇਸ ਕੰਟਰੀ 'ਚ ਜਗ੍ਹਾ ਕੋਈ ਨਹੀਂ ਗੀ। ਬਿਲਕੁਲ ਜੀ, ਇਸ ਕੰਟਰੀ ਨੇ ਸਾਨੂੰ ਮਾਵਾਂ ਦੀ ਤਰ੍ਹਾਂ ਹੀ ਪਿਆਰ ਦਿੱਤਾ, ਤਾਂ ਹੀ ਅਸੀਂ ਪਿਛਲੇ 25-30 ਸਾਲਾਂ ਤੋਂ ਇੱਥੇ
ਬੈਠੇ ਆ ਸਾਡੀ ਕਰਮ ਭੂਮੀ ਜਿੱਦਾਂ ਮੈਂ ਕਹਿੰਦਾ ਹੁਣ ਕਈ ਵਾਰੀ ਕਰਮ ਭੂਮੀ ਦੇ ਨਾਲ ਨਾਲ ਮਾਤਰ ਭੂਮੀ ਵੀ ਜਿੱਦਾਂ ਕੁਲਤਾਨ ਵੀਰੇ ਨੇ ਕਿਹਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਪਰ ਅਸੀਂ ਇਹਨੂੰ ਸਮਝਾਂਗੇ ਤਾਂ ਹੀ ਕਹਿੰਦੇ ਹੁੰਦੇ ਤੁਸੀਂ ਕਿਸੇ ਦੀ ਇੱਜ਼ਤ ਕਰੋ ਤਾਂ ਤੁਹਾਨੂੰ ਇੱਜ਼ਤ ਵਾਪਸ ਮਿਲਣੀ ਆ ਪਰ ਜੇ ਤੁਸੀਂ ਇਹਦੀ ਇੱਜ਼ਤ ਨਹੀਂ ਕਰੋਗੇ ਤਾਂ ਰਿਜ਼ਲਟ ਸਾਡੇ ਸਾਹਮਣੇ ਆ ਕੁਲਤਾਨ ਭਾਜੀ ਚੰਗੇ ਭਲੇ ਖਾਂਦੇ ਪੀਂਦੇ ਦੇਖੋ ਕਿੱਦਾਂ ਮੌਤ ਨੂੰ ਇਹਨਾਂ ਨੇ ਛੜਾ ਮਾਰੀਆਂ ਤੇ ਆਉਣ ਵਾਲਾ ਸਮਾਂ ਇਹਨਾਂ ਦੇ ਲਈ ਬੜਾ ਮਾੜਾ ਹੋਵੇਗਾ ਪਹਿਲੀ ਗੱਲ ਹੋ ਸਕਦਾ ਇਹਨਾਂ ਤੇ ਜੇ ਐਡੀ ਛੇਤੀ ਗੌਰਮੈਂਟ ਕਾਨੂੰਨ ਬਦਲ ਸਕਦੀ ਹੈ ਨਾ ਰਾਤੋ ਰਾਤ ਇਹ ਤਾਂ ਫਿਰ ਚੀਜ਼ਾਂ ਹੀ ਕੁਝ ਨਹੀਂ ਗੀਆਂ ਜਿੱਦਣ ਗੌਰਮੈਂਟ ਆਪਣੀ ਆਈ ਤੇ ਆਵੇਗੀ ਨਾ ਤੇ ਸਭ ਤੋਂ ਪਹਿਲਾਂ ਕੰਨ ਫੜ ਕੇ ਤੁਹਾਨੂੰ ਹੀ ਕੱਢਿਆ ਜਾਵੇਗਾ ਕੁਲਤਾਨ ਭਾਜੀ ਤੁਸੀਂ ਇਹ ਦੇਖੋ ਕਿ ਇੱਕ ਜਿਹੜਾ ਮੁੰਡਾ ਗੋ ਰੋਡ ਦਸ਼ਮੇਸ਼ ਦਰਬਾਰ ਗੁਰੂ ਘਰ ਦੇ ਕੋਲ ਰਹਿੰਦਾ ਸੀ ਉਹਨੇ ਉੱਥੇ ਫਾਇਰਿੰਗ ਕੀਤੀ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਹੌਸਲੇ ਕਿੱਡੇ ਵਧੇ ਹੋਏ ਆ ਮੈਨੂੰ ਇੱਥੇ ਰਹਿੰਦੇ ਨੂੰ 25 ਤੋਂ ਉੱਪਰ ਸਾਲ ਹੋ ਗਿਆ ਕੁਲਤਾਨ